ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦੇ ਵਿੱਚ ਘੱਟੋ ਘੱਟ 17500 ਤਨਖਾਹ ਹੋਵੇਗੀ ਅਤੇ ਜਿਸ ਦੇ ਵਿੱਚ ਮੋਬਾਈਲ ਪਤਾ ਵੀ ਮਿਲੇਗਾ ਪੂਰੀ ਕੰਪਲੀਟ ਦੇ ਵਿੱਚ ਜਾਣਕਾਰੀ ਦੇਵਾਂਗਾ ਅਗਰ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਦਬਾ ਕੇ ਰੱਖੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਨਿੱਕੀ ਤੋਂ ਨਿੱਕੀ ਸਾਮੀ ਸੰਬੰਧੀ ਜੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੋ ਅੱਜ ਦਾ ਨੋਟੀਫਿਕੇਸ਼ਨ ਹੈ ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਨੂੰ ਚੱਜੇ ਟੰਗ ਨਾਲ ਚਲਾਉਣ ਲਈ ਠੇਕਾਦਾਰ ਦੇ ਉੱਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਭਰਤੀ ਕੱਢੀ ਗਈ ਹੈ ਜਿਤੇ ਵਿੱਚ ਟੈਕਨੀਕਲ ਅਸਿਸਟੈਂਟ ਦੀ ਪੋਸਟ ਹੈ ਬਲੌਕ ਲੈਵਲ ਦੀ ਜਿਦੇ ਵਿੱਚ 17500 1500 ਫਿਕਸ ਟੀਏ ਦਿੱਤਾ ਜਾਵੇਗਾ ਤੇ 2500 ਰੁਪਏ ਮੋਬਾਈਲ ਖਰਚਾ ਦਿੱਤਾ ਜਾਵੇਗਾ ਇਹਨਾਂ ਪੋਸਟਾਂ ਦੀ ਬੰਡ ਇਸ ਪ੍ਰਕਾਰ ਹੈ ਸਾਬਕਾ ਫੌਜੀ ਦੇ ਇਸਤਰੀ ਦੇ ਲਈ ਇੱਕ ਪੋਸਟ ਹੈ ਪਛੜੀ ਸ਼੍ਰੇਣੀ ਇਸਤਰੀ ਦੇ ਲਈ ਇੱਕ ਪੋਸਟ ਹੈ ਅਨੁਸੂਚਿਤ ਜਾਤੀ ਲਈ ਇੱਕ ਪੋਸਟ ਹੈ ਜਨਰਲ EWS ਇਸਤਰੀ ਦੇ ਲਈ ਇੱਕ ਪੋਸਟ ਹੈ ਅੰਗਹੀਨ ਲਈ ਇੱਕ ਪੋਸਟ ਹੈ ਤੇ ਜਨਰਲ ਇਸਤਰੀ ਦੇ ਲਈ ਇੱਕ ਪੋਸਟ ਹੈ ਕੁੱਲ ਸਾਮੀਆਂ ਦੀ ਗਿਣਤੀ ਹੈ ਤੇ 6 ਹੈ ਤੇ ਕੁਆਲਿਫੀਕੇਸ਼ਨ ਕੀ ਹੋਣੀ ਚਾਹੀਦੀ ਹੈ ਤੁਹਾਡੀ ਡਿਗਰੀ ਜਾਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੇ ਕੰਪਿਊਟਰ ਸਕਿਲਸ ਹੋਣੀਆਂ ਚਾਹੀਦੀਆਂ ਨੇ ਜਿਵੇਂ ਕਿ ਬੇਸਿਕ ਨੋਲੇਜ ਆਫ ਮਾਈਕ੍ਰੋਸਾਫਟ ਵਰਡ ਐਕਸਲ ਡਾਟਾਬੇਸ ਫੰਕਸ਼ਨਸ ਜੋ ਦੂਰੇ ਬਿਨੇ ਪੱਤਰ ਨੇ ਉਹ ਰੱਦ ਕਰ ਦਿੱਤੇ ਜਾਣਗੇ ਇੱਕ ਵਾਰੀ ਭਰਤੀ ਕੀਤੇ ਵਿਅਕਤੀ ਨੂੰ ਘੱਟੋ ਘੱਟ 2 ਸਾਲਾਂ ਲਈ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਦੀਲ ਕਰਨ ਦੇ ਲਈ ਐਨਓਸੀ ਨਹੀਂ ਦਿੱਤਾ ਜਾਵੇਗਾ ਚੁਣੇ ਗਏ ਉਮੀਦਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਕਿਸੇ ਵੀ ਬਲਾਕ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ ਬਾਕੀ ਸ਼ਹਿਰ ਤਾਂ ਇੱਕ ਨਿਯਮਾਂ ਦੇ ਦੁਆਰਾ ਨਿਰਧਾਰਤ ਕੀਤੀਆਂ ਜਾਣਗੀਆਂ ਅਸਾਮੀਆਂ ਦੀ ਗਿਣਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ ਇਹਨਾਂ ਅਸਾਮੀਆਂ ਦੀ ਅਗਲੇਰੀ ਕਾਰਵਾਈ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈੱਬਸਾਈਟ sangroor.nic.in ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਵਕਰੀ ਸੂਚਨਾ ਨਹੀਂ ਦਿੱਤੀ ਜਾਵੇਗੀ ਕੇਵਲ ਯੋਗ ਉਮੀਦਵਾਰਾਂ ਨੂੰ ਹੀ ਇੰਟਰਵਿਊ ਤੇ ਬੁਲਾਇਆ ਜਾਵੇਗਾ ਤੇ ਇੰਟਰਵਿਊ ਲਈ ਯੋਗ ਉਮੀਦਵਾਰਾਂ ਦੀ ਲਿਸਟ ਵੀ ਅਪਲੋਡ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਕੀਤੀ ਜਾਵੇਗੀ ਜੋ ਕਿ sangroot.nic.in ਹੈ ਤੇ ਚੋਣ ਕ੍ਰਾਈਟੇਰੀਆ ਕਿਸ ਤਰ੍ਹਾਂ ਹੈ ਤੁਹਾਨੂੰ ਦੱਸ ਦਈਏ ਤੇ ਬੇਸਿਕ ਕੁਆਲੀਫਿਕੇਸ਼ਨ ਦੇ ਵਿੱਚ 70% ਮਾਰਕਸ ਹੋਣੇ ਚਾਹੀਦੇ ਆ ਤੁਹਾਡੇ ਤੇ ਹਾਇਰ ਕੁਆਲੀਫਿਕੇਸ਼ਨ ਦੇ 100 ਮਾਰਕਸ ਹੋਣਗੇ ਸੌਰੀ ਜੋ ਬੇਸਿਕ ਕੁਆਲੀਫਿਕੇਸ਼ਨ ਹੈ 70 ਨੰਬਰ ਉਸਦੇ ਹੋਣਗੇ ਤੇ ਹਾਇਰ ਕੁਆਲੀਫਿਕੇਸ਼ਨ ਦੇ 10 ਮਾਰਕਸ ਹੋਣਗੇ ਤੇ ਵਰਕ ایکسپੀਰੀਅੰਸ ਦੇ 10 ਮਾਰਕਸ ਹੋਣਗੇ ਇੰਟਰਵਿਊ ਤੇ ਵੀ 10 ਮਾਰਕਸ ਹੋਣਗੇ ਇਹ ਚੋਣ ਕ੍ਰਾਈਟੇਰੀਆ ਹੈ ਤੇ ਤੁਸੀਂ ਬਧੇਰੇ ਜਾਣਕਾਰੀ ਲਈ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ